ਅੱਜ ਸਾਡੇ ਨਾਲ ਜਲੰਧਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਮੌਜੂਦ ਹਨ, ਜਿਨ੍ਹਾਂ ਨੇ ਲੋਕ ਹਿੱਤਾਂ ਦੇ ਲਈ ਸਰਕਾਰੀ ਨੌਕਰੀ ਨੂੰ ਵੀ ਠੁੱਡ ਮਾਰੀ ਅਤੇ ਮੀਡੀਆ ਵਿੱਚ ਵੀ ਰਹਿ ਚੁੱਕੇ ਆ। ਆਓ ਅੱਜ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਬਲਵਿੰਦਰ ਕੁਮਾਰ ਜੀ, ਤੁਸੀਂ ਲੋਕ ਹਿੱਤਾਂ ਲਈ ਬਹੁਤ ਕੰਮ ਕੀਤੇ, ਸਟੂਡੈਂਟਾਂ ਦੇ ਕੀਤੇ, ਹਰ ਵਰਗ ਲਈ ਤੁਸੀਂ ਕੰਮ ਕੀਤਾ। ਪਿਛਲੀ ਵਾਰੀ ਸੀਟ ਤੁਹਾਡੀ ਝੋਲੀ ਵਿੱਚ ਨਹੀਂ ਪਈ, ਕੀ ਜਲੰਧਰ ਵਾਸੀ ਇਸ ਵਾਰੀ ਤੁਹਾਨੂੰ ਮੌਕਾ ਦੇਣਗੇ? ਦੇਖੋ, ਜਿਹੜਾ ਜਿਹੜਾ ਮਸਲਾ ਕੀ ਹੈ ਨਾ, ਵੀ ਇੱਦਾਂ ਨਹੀਂ ਹੈਗਾ ਵੀ ਸਾਨੂੰ ਕਿਸੇ ਨੇ ਰਿਜੈਕਟ ਕੀਤਾ ਹੈਗਾ। ਮਸਲਾ ਇਹ ਆ ਵੀ ਜਦੋਂ ਆਪਾਂ ਕੰਮ ਕਰਨਾ ਸ਼ੁਰੂ ਕੀਤਾ, ਸਾਰਿਆਂ 'ਚ ਉਸ ਪੱਧਰ ਦੀ ਅਵੇਅਰਨੈਸ ਹੈ ਨਹੀਂ ਕਿ ਜਿਹੜਾ ਇਹ ਸਿਸਟਮ ਆ ਜਾਂ ਜਿਹੜੀਆਂ ਵੀ ਪਾਰਟੀਆਂ ਜਿਹੜੀਆਂ ਸੱਤਾ 'ਚ ਰਹੀਆਂ ਵੀ ਉਹ ਸਾਡੇ ਲਈ ਨਹੀਂ ਕੰਮ ਕਰਦੀਆਂ, ਇਹ ਸਾਡੇ ਖਿਲਾਫ਼ ਕੰਮ ਕਰਦੀਆਂ। ਦੂਜਾ ਇਹ ਹੁੰਦਾ ਵੀ ਜਦੋਂ ਇੱਕ ਬਹੁਤ ਵੱਡਾ ਏਰੀਆ ਜਿਹ 'ਚ 16 ਲੱਖ ਵੋਟਰ ਆ, ਅਤੇ ਇੱਕਦਮ ਜਦੋਂ ਤੁਸੀਂ ਰਾਜਨੀਤੀ ਦੇ ਖੇਤਰ 'ਚ ਨਵਾਂ ਆਉਂਦੇ, ਕਿਉਂਕਿ ਪਹਿਲਾਂ ਤੁਹਾਡਾ ਇੱਕ ਛੋਟਾ ਜਿਹਾ ਦਾਇਰਾ ਹੁੰਦਾ, ਤੁਸੀਂ ਉਹ 'ਚ ਜੀਂਦੇ ਆ, ਅਤੇ ਜਦੋਂ ਰਾਜਨੀਤੀ 'ਚ ਆਉਂਦੇ ਆ ਤੇ ਇੱਕਦਮ ਤੁਹਾਡਾ ਦਾਇਰਾ ਵੱਡਾ ਨਹੀਂ ਬਣਦਾ, ਇੱਕਦਮ ਸਾਰੇ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਨਹੀਂ ਲੱਗਦਾ, ਤੇ ਜਿੰਨਿਆਂ ਕੁ ਤੱਕ ਪਤਾ ਲੱਗਾ ਉਨਿਆਂ ਨੇ ਵੋਟ ਪਾ ਦਿੱਤੀ, ਤਾਂ ਬਹੁਤਿਆਂ ਨੂੰ ਪਤਾ ਹੀ ਨਹੀਂ ਸੀਗਾ। ਇਸ ਕਰਕੇ ਇਹ ਨਹੀਂ ਵੀ ਉਹਨੂੰ ਰਿਜੈਕਟ ਕੀਤਾ, ਬਹੁਤਿਆਂ ਦੀ ਜਾਣਕਾਰੀ 'ਚ ਅਸੀਂ ਨਹੀਂ ਆਏ। ਤਾਂ ਜਿੱਦਾਂ ਹੁਣ ਮੈਂ 17 'ਚ ਲੜਿਆ ਤਾਂ ਮੈਨੂੰ 52 ਸਪੋਰਟ ਪਈ, ਉਹ ਕਾਰਨ ਕਿ ਅਸੀਂ ਬਿਲਕੁਲ ਨਵੇਂ ਸੀ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਸੀ ਵੀ ਇੱਦਾਂ ਕੋਈ ਬਲਵਿੰਦਰ ਕੁਮਾਰ ਵੀ ਹੈਗਾ। ਪਰ ਜਿੱਦਾਂ ਜਿੱਦਾਂ ਅਸੀਂ ਤੁਰੇ ਰਹੇ, ਲੋਕਾਂ ਨੂੰ ਪਤਾ ਲੱਗਦਾ ਰਿਹਾ ਵੀ ਇਹ ਇੱਦਾਂ ਦੇ ਬੰਦੇ ਉਹ ਸਾਡੇ ਲਈ ਕੰਮ ਵੀ ਕਰਦੇ, ਤੇ 2 ਸਾਲਾਂ 'ਚ ਹੀ 31,000 ਵੋਟ ਹੋ ਗਈ, ਮਤਲਬ 26,000 ਸਾਡੀ ਵੋਟ ਵੱਧ ਗਈ। ਫਿਰ 19 'ਚ ਲੜੇ ਤਾਂ 2 ਲੱਖ ਅਸੀਂ ਲੈ ਗਏ, ਤੇ ਜਿੱਦਾਂ ਜਿੱਦਾਂ ਅਸੀਂ ਲੋਕਾਂ ਦੀ ਜਾਣਕਾਰੀ ਜਾ ਰਹੇ ਹਾਂ, ਲੋਕਾਂ ਤੱਕ ਪਹੁੰਚ ਕਰ ਰਹੇ ਹਾਂ, ਉੱਦਾਂ ਉੱਦਾਂ ਸਾਡੀ ਜਿਹੜੀ ਵੋਟ ਵੱਧ ਰਹੀ ਆ, ਕਿਉਂਕਿ ਲੋਕਾਂ ਨੂੰ ਪਤਾ ਵੀ ਇਹਨਾਂ ਕੋਲ ਹੀ ਸਾਡੇ ਲਈ ਇੱਕ ਚੰਗਾ ਏਜੰਡਾ ਹੈਗਾ। ਸਾਨੂੰ ਦੇਖਣ ਦੇ ਵਿੱਚ ਆਇਆ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਤੁਹਾਡੀਆਂ ਉਹ ਵਿਸ਼ਾਲ ਰੂਪ ਧਾਰ ਰਹੀਆਂ ਆ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ, ਇਹ ਆ ਵੀ ਜਿਹੜਾ ਅਸੀਂ ਸਾਹਿਬ ਕਾਂਸ਼ੀ ਰਾਮ ਜੀ ਨੇ ਦੱਸਿਆ ਵੀ ਜਿਹੜਾ ਮੌਜੂਦਾ ਪ੍ਰਬੰਧ ਆ ਖੋਖਲਾ ਆ, ਉਹ ਚੰਦ ਬੰਦਿਆਂ ਦੇ ਫਾਇਦੇ ਲਈ ਕੰਮ ਕਰਦਾ, ਮਤਲਬ ਜਿਹੜੇ ਸੱਤਾ 'ਚ ਲੋਕ ਆ ਉਹ ਸਿਰਫ ਆਪਣੇ ਲਈ ਹੀ ਫਾਇਦੇ 'ਚ ਕੰਮ ਕਰਦੇ ਆ, ਪਾਵਰ ਵੀ ਸਾਰੀ ਆਪ ਵਰਤਦੇ ਆ, ਸਾਧਨ ਵੀ ਆਪ ਆ, ਤੇ ਬਾਕੀਆਂ ਨੂੰ ਬਿਨਾਂ ਸਾਧਨਾਂ ਦੇ ਪਾਵਰ ਤੋਂ ਰੱਖਦੇ ਆ। ਇਸ ਕਰਕੇ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਛੱਡੋ ਤੇ ਪੈਰਲਰ ਬਦਲਵੀਂ ਰਾਜਨੀਤੀ ਸ਼ੁਰੂ ਕਰੋ, ਪਰ ਬਹੁਤੇ ਲੋਕਾਂ ਨੂੰ ਉਦੋਂ ਵੀ ਉਮੀਦ ਨਹੀਂ ਬਣੀ, ਉਹਨਾਂ ਲੱਗਦਾ ਸੀ ਵੀ ਨਹੀਂ ਇਹ ਕਰ ਸਕਦਾ ਪ੍ਰਬੰਧ। ਇਹ ਪ੍ਰਬੰਧ ਨੇ ਮੌਕੇ ਨੇ ਜੈਸੇ ਤੈਸੇ ਢੰਗ ਦੇ ਨਾਲ ਉਮੀਦ ਬਣਾ ਕੇ ਰੱਖੀ, ਕਰਦਾ ਤਾਂ ਲੋਕਾਂ ਲਈ ਕੁਛ ਨਹੀਂ ਰਿਹਾ ਪਰ ਉਮੀਦ ਜ਼ਰੂਰ ਬਣਾ ਕੇ ਰੱਖੀ। ਪਰ ਜੋ ਅਸੀਂ ਹੁਣ ਜਲੰਧਰ 'ਚ ਦੇਖਦੇ ਹਾਂ ਤੇ ਜਿੱਦਾਂ ਦੀਆਂ ਅਦਲੀਆਂ ਬਦਲੀਆਂ ਵੀ ਹੋਈਆਂ, ਫਿਰ ਸਰਕਾਰਾਂ ਦਾ ਖੋਖਲਾ ਬਣ ਰਿਹਾ, ਫਿਰ ਉਹਨਾਂ ਝਾੜੂ ਤੋਂ ਬਦਲ ਸੀਗਾ ਉਹ ਵੀ ਫੇਲ ਹੋ ਗਿਆ, ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਇੱਕ ਤਰ੍ਹਾਂ ਇਹਨਾਂ ਪਾਰਟੀਆਂ ਦਾ ਖੋਖਲਾਪਨ, ਇਹਨਾਂ ਦੀ ਪਾਰਟੀਆਂ ਦੇ ਉਮੀਦਵਾਰਾਂ ਦਾ ਖੋਖਲਾਪਨ ਬਿਲਕੁਲ ਸਾਹਮਣੇ ਆ ਗਿਆ, ਤੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਵੀ ਇਹਨਾਂ ਤੋਂ ਹੁਣ ਕੋਈ ਉਮੀਦ ਨਹੀਂ। ਇਸ ਕਰਕੇ ਸਾਨੂੰ ਉਹ ਬਦਲ ਦੇ ਰੂਪ ਵਿੱਚ ਦੇਖ ਰਹੇ ਆ, 19 ਵਿੱਚ ਵੀ ਸਾਨੂੰ ਬਦਲ ਦੇ ਰੂਪ ਵਿੱਚ ਦੇਖਿਆ ਸੀ, ਕਿਉਂਕਿ ਝਾੜੂ ਨੂੰ ਉਦੋਂ 25,000 ਵੋਟ ਪਈ ਸੀ ਤੇ ਮੈਨੂੰ 2 ਲੱਖ। ਇਸ ਕਰਕੇ ਬਦਲ ਦੇ ਰੂਪ ਵਿੱਚ ਸਾਨੂੰ ਦੇਖਣ ਕਰਕੇ ਲੋਕ ਆਮ ਮੁਹਾਰੇ ਸਾਡੀਆਂ ਮੀਟਿੰਗਾਂ ਵਿੱਚ ਆਉਂਦੇ ਆ ਔਰ ਵਿਸ਼ਾਲ ਇਕੱਠ ਹੁੰਦੇ ਆ। ਹਾਂਜੀ, ਬਲਵਿੰਦਰ ਕੁਮਾਰ ਜੀ, ਤੁਸੀਂ ਕੀ ਉਪਦੇਸ਼ ਲੈ ਕੇ ਆਏ ਆ ਰਾਜਨੀਤੀ? ਦੇਖੋ, ਆਪਣਾ ਤਾਂ ਇਹੀ ਆ ਵੀ ਮਤਲਬ ਜਦੋਂ ਮੈਂ ਨੌਕਰੀ ਛੱਡੀ ਆ ਜਾਂ ਅਸੀਂ ਹਿੰਦੁਸਤਾਨ ਟਾਈਮਸ ਮੈਂ ਕੰਮ ਕਰਦਾ ਹੁੰਦਾ ਸੀ, ਉਹ ਛੱਡ ਕੇ ਆਏ ਤੇ ਉਦੋਂ ਸਾਡਾ ਕੋਈ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਕਦੀ ਇਲੈਕਸ਼ਨ ਲੜਾਂਗੇ। ਸਾਡਾ ਤਾਂ ਇਹ ਮਕਸਦ ਸੀਗਾ ਵੀ ਜਿਹੜੇ ਲੋਕ ਆ, ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ, ਲੋਕਾਂ ਦੀਆਂ ਮੁਸ਼ਕਲਾਂ ਬਹੁਤ ਆ, ਜਿਹੜਾ ਮੌਜੂਦਾ ਸਿਸਟਮ ਆ, ਪੋਲੀਟੀਕਲ ਪਾਰਟੀਜ਼ ਆ ਜਿਨ੍ਹਾਂ ਨੂੰ ਜਿਹੜੇ ਉਹਨਾਂ ਦੀਆਂ ਵੋਟਾਂ ਨਾਲ ਹੀ ਬਣੇ ਆ, ਵੀ ਉਹ ਉਹਨਾਂ ਦੀ ਕੋਈ ਮੁਸ਼ਕਲ ਦੂਰ ਹੀ ਨਹੀਂ ਕਰਨਾ ਚਾਹੁੰਦਾ, ਤੇ ਫਿਰ ਅਸੀਂ ਇਸ ਸਮਾਜ 'ਚ ਪੈਦਾ ਹੋਏ ਹਾਂ। ਪਰ ਮੈਨੂੰ ਇਹ ਸੀ ਵੀ ਯਾਰ ਅਸੀਂ ਇੰਨਾ ਪੜ੍ਹ ਵੀ ਲਿਖਿਆ, ਸਾਡੇ ਸਮਰੱਥਾ ਆ, ਤੇ ਕਿਉਂ ਨਾ ਸਾਡੀ ਪੜ੍ਹਾਈ ਤੇ ਸਾਡੀ ਸਮਝ ਇਹਨਾਂ ਸਾਰੇ ਪੀੜਿਤ ਲੋਕਾਂ ਲਈ ਵਰਤੀ ਜਾਵੇ। ਤੇ ਇਸ ਕਰਕੇ ਜਦੋਂ ਮੈਨੂੰ ਨੌਕਰੀ ਮਿਲੀ ਤਾਂ ਮੈਂ ਉਦੋਂ ਵੀ ਘਰਦਿਆਂ ਨੂੰ ਇਹੀ ਕਿਹਾ ਵੀ
ਵੀ ਜੇ ਮੈਂ ਨੌਕਰੀ, ਮੈਂ ਇਹ ਨਹੀਂ ਕਹਿੰਦਾ ਬਾਕੀ ਨੌਕਰੀ ਨਾ ਕਰਨ, ਪਰ ਮੈਂ ਆਪਣਾ, ਕਿਉਂਕਿ ਅਸੀਂ ਸਾਰੇ ਨੌਕਰੀ ਪੇਸ਼ਾ ਸੀ, ਸੈਟਲ ਸੀਗੇ ਅਸੀਂ ਸਾਰੀ ਫੈਮਿਲੀ, ਤਾਂ ਮੈਂ ਘਰਦਿਆਂ ਨੂੰ ਇਹ ਕਿਹਾ ਵੀ ਜੇ ਮੈਂ ਨੌਕਰੀ ਕਰਨ ਲੱਗ ਪਿਆ ਤਾਂ ਮੇਰੇ ਕੋਲ ਸਿਰਫ ਆਪਣੇ ਲਈ ਹੀ ਕਰ ਹੋਣਾ, ਤੇ 60 ਸਾਲ ਤਾਂ ਫਿਰ ਇੱਦਾਂ ਹੀ ਨਿਕਲ ਜਾਣੇ, ਫਿਰ ਸਾਰੀ ਜ਼ਿੰਦਗੀ ਤਾਂ ਫਿਰ ਸਾਡੀ ਆਪਣੇ ਲਈ ਨਿਕਲ ਗਈ। ਤਾਂ ਮੈਂ ਆਪਣੀ ਜਿਹੜਾ ਸਾਡਾ ਇੱਕ ਮਤਲਬ ਯੰਗ ਏਜ ਆ, ਮੈਂ ਇਹਨੂੰ ਪੂਰੀ ਨੌਕਰੀ ਲਈ ਨਹੀਂ ਵਰਤਣਾ ਚਾਹੁੰਦਾ, ਮੈਂ ਚਾਹੁੰਦਾ ਵੀ ਜਿਹੜੀ ਸਾਡੀ ਜ਼ਿੰਦਗੀ ਆ ਉਹ ਲੋਕਾਂ ਦੇ ਕੰਮ ਆਵੇ, ਇਸ ਉਦੇਸ਼ ਨਾਲ ਅਸੀਂ ਲੋਕਾਂ ਲਈ ਤੁਰੇ ਹਾਂ। ਔਰ ਉਦੋਂ ਵੋਟਾਂ ਕਦੀ ਨਹੀਂ ਸੀਗੀਆਂ, ਮਤਲਬ ਜਦੋਂ ਮੈਂ ਨੌਕਰੀ ਛੱਡੀ ਆ ਉਦੋਂ ਕਿਹੜਾ ਸਾਡੇ ਇਲੈਕਸ਼ਨ ਸੀਗਾ, ਤੇ ਇਹੀ ਸਾਡਾ ਉਦੇਸ਼ ਆ ਵੀ ਅਸੀਂ ਸਮਾਜ ਤੋਂ ਬਹੁਤ ਫਾਇਦੇ ਲਏ, ਬਾਬਾ ਸਾਹਿਬ ਦੇ ਸੰਘਰਸ਼ ਤੋਂ ਕਰਕੇ, ਮੇਰੇ ਦਾਦਾ ਸਾਹਿਬ ਨੇ, ਮੇਰੇ ਦਾਦਾ ਜੀ ਨੇ ਨੌਕਰੀ ਕੀਤੀ, ਮੇਰੇ ਫਾਦਰ ਸਾਹਿਬ ਨੇ ਨੌਕਰੀ ਕੀਤੀ, ਮੇਰੇ ਤਾਇਆ ਜੀ ਨੇ ਨੌਕਰੀ ਕੀਤੀ, ਅਸੀਂ ਪੜ੍ਹ ਗਏ। ਔਰ ਮੇਰਾ ਭਰਾ ਬਹੁਤ ਉੱਚੀ ਪੋਸਟ 'ਤੇ ਹੈਗਾ ਆ, ਤੇ ਅਸੀਂ ਕਿਹਾ ਵੀ ਜਦ ਇੰਨੇ ਫਾਇਦੇ ਲੈ ਲਏ ਫਿਰ ਦੇਣ ਦਾ, ਫਿਰ ਦੇਣਾ ਵੀ ਤਾਂ ਹੈਗਾ ਨਾ, ਅਤੇ ਉਸ ਕਰਕੇ ਅਸੀਂ ਆਪਣੀ ਸਮਝ, ਆਪਣੀ ਸਮਰੱਥਾ ਲਈ, ਸਮਾਜ ਦੀ ਬਿਹਤਰੀ ਲਈ, ਉਹਨਾਂ ਦਾ ਦੁੱਖਾਂ ਦਾ ਕੋਈ ਹੱਲ ਲੱਭਣ ਦੇ ਲਈ ਇਸ ਅੰਦੋਲਨ ਰਾਹੀਂ ਤੁਰੇ ਹਾਂ। ਬਲਵਿੰਦਰ ਕੁਮਾਰ ਜੀ, ਜਿਹੜੀਆਂ ਤੁਹਾਡੀਆਂ ਮੀਟਿੰਗਾਂ ਹੁੰਦੀਆਂ, ਇੱਕ ਜਲਸੇ ਦਾ ਰੂਪ ਧਾਰ ਜਾਂਦੀਆਂ, ਉਹਦੇ ਵਿੱਚ ਤੁਹਾਡਾ ਏਜੰਡਾ ਕੀ ਹੁੰਦਾ ਲੋਕ? ਦੇਖੋ ਇਹ ਮਤਲਬ ਜਿਹੜੇ ਲੋਕ ਆ, ਜਦੋਂ ਆਪਾਂ ਲੰਬਾ ਸਮਾਂ ਕੰਮ ਕੀਤਾ, ਇੱਕ ਤਾਂ ਵਿਚਾਰ ਹੀ ਬਿਹਤਰੀ ਦਾ ਆ, ਜਿਹੜਾ ਜਿਹੜਾ ਬਹੁਜਨ ਵਿਚਾਰ ਕੀ ਆ ਵੀ ਜਿਹੜੇ ਪੀੜਤ ਆ, ਉਸ ਤੋਂ ਬਾਅਦ ਸਰਵ ਸਮਾਜ ਆਇਆ ਵੀ ਜਿਹੜੇ ਪੀੜਤ ਤੇ ਆਪ ਸੰਗਠਿਤ ਹੋਣ ਤੇ ਆਪਣੇ ਮਸਲਿਆਂ ਦਾ ਹੱਲ ਲੱਭਣ, ਤੇ ਉਹ ਅਸੀਂ ਵਿਚਾਰ ਲੈ ਕੇ ਤੁਰੇ ਹਾਂ। ਦੂਜਾ ਇਹ ਵੀ ਜਦੋਂ ਅਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਜਲੰਧਰ ਦੇ ਵਿੱਚ, ਮੈਂ 12 ਦਾ ਤੁਰਿਆ ਹਾਂ, 12 ਸਾਲ ਹੋ ਗਏ, ਤੇ 12 ਸਾਲਾਂ ਦੇ ਵਿੱਚ ਲਗਾਤਾਰ ਇੱਕ ਸਾਡੀ ਲੋਕਾਂ ਨਾਲ ਇਮੋਸ਼ਨਲ ਅਟੈਚਮੈਂਟ ਹੋਈ ਆ, ਉਹ ਲੋਕਾਂ ਨੂੰ ਹੌਲੀ ਹੌਲੀ ਜਦੋਂ ਅਸੀਂ ਆਪਣੀ ਗੱਲ ਲੈ ਕੇ ਗਏ ਹਾਂ ਮੌਜੂਦਾ ਸਥਾਪਿਤ ਰਾਜਨੀਤੀ ਦੇ ਮੁਕਾਬਲੇ, ਸਾਡਾ ਇੱਕ ਤਰ੍ਹਾਂ ਅਸੀਂ ਬਦਲਵੀਂ ਰਾਜਨੀਤੀ ਆ, ਵੀ ਬਦਲ ਵਾਲਾ, ਜਿਹੜੇ ਪੰਜਾਬ ਦੇ ਲੋਕ ਬਦਲ ਲੱਭਦੇ ਆ ਬਿਲਕੁਲ, ਤੇ ਉਹ ਜਿਹੜਾ ਆਪ ਸੀ ਉਹ ਫਰਜ਼ੀ ਬਦਲ ਸੀ, ਉਹ ਸਥਾਪਤੀ ਜਿਹੜੀਆਂ ਸਥਾਪਿਤ ਧਿਰਾਂ ਆ ਉਹਨਾਂ ਦਾ ਹੀ ਇੱਕ ਬਣਾਇਆ ਹੋਇਆ ਨਵਾਂ ਰੂਪ ਸੀਗਾ, ਤੇ ਉਹਨੇ ਤਦੇ ਲੋਕਾਂ ਨੂੰ ਜਲਦੀ ਨਿਰਾਸ਼ ਕੀਤਾ, ਤੇ ਜਿੱਦਾਂ ਅਸੀਂ ਉਹਨਾਂ ਦੇ ਪੈਰਲਰ ਇੱਕ ਬਦਲ ਦਾ ਵਿਚਾਰ ਲੈ ਕੇ ਗਏ ਆ, ਔਰ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ, ਔਰ ਜੇ ਲੋਕ ਨੇ ਕਿਸੇ ਨਾਲ ਧੱਕਾ ਹੋਇਆ, ਕਿਤੇ ਵਿਦਿਆਰਥੀਆਂ ਨਾਲ ਅਨਿਆ ਹੋਇਆ, ਤੇ ਅਸੀਂ ਉਹਦੇ ਨਾਲ ਡਟ ਕੇ ਖੜੇ ਆ, ਇਸ ਕਰਕੇ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਵਿਸ਼ਵਾਸ ਪੈਦਾ ਹੋ ਰਿਹਾ, ਤੇ ਉਸ ਵਿਸ਼ਵਾਸ ਕਰਕੇ ਜਦੋਂ ਲੋਕਾਂ ਨੂੰ ਲੱਗ ਰਿਹਾ ਵੀ ਇਹ ਬੰਦਾ ਸਾਡੇ ਲਈ ਲੜਦਾ, ਸਾਡੇ ਲਈ ਖੜਦਾ, ਇਹ ਸਾਨੂੰ ਸਾਡੇ ਮਹਾਂਪੁਰਖਾਂ ਦੀ ਸੋਚ ਮੁਤਾਬਕ ਸਾਨੂੰ ਜਗਾ ਰਿਹਾ, ਔਰ ਸਾਨੂੰ ਮੌਜੂਦਾ ਪ੍ਰਬੰਧ ਤੋਂ ਮੁਕਤ ਕਰਕੇ, ਉਹ ਤੋਂ ਸਾਡਾ ਛੁਟਕਾਰਾ ਦਿਲਾ ਕੇ ਸਾਨੂੰ ਚੰਗੇ ਪਾਸੇ ਤੋਰ ਰਿਹਾ, ਜਿਹਨਾਂ ਅਸੀਂ ਜ਼ਿੰਦਗੀ ਸੁਖਾਲੀ ਮਹਿਸੂਸ ਕਰ ਰਹੇ ਹਾਂ, ਉਹਦੇ ਕਰਕੇ ਲੋਕਾਂ ਦਾ ਸਾਡੇ ਪ੍ਰਤੀ, ਸਾਡੇ ਅੰਦੋਲਨ ਦੇ ਪ੍ਰਤੀ, ਸਾਡੀ ਪਾਰਟੀ ਪ੍ਰਤੀ ਵਿਸ਼ਵਾਸ ਵੱਧਦਾ ਜਾ ਰਿਹਾ ਆ। ਤਦ ਹੀ ਅਸੀਂ ਫੇਸਬੁੱਕ ਤੇ ਮਾੜੀ ਜਿਹੀ ਪੋਸਟ ਪਾ ਦਈਏ ਵੀ ਫਲਾਨੀ ਜਗ੍ਹਾ ਇੰਨੇ ਵਜੇ ਸਾਡਾ ਪ੍ਰੋਗਰਾਮ ਆ, ਤੇ ਜਿੰਨੇ ਲੋਕ ਆ ਆਪ ਹੀ ਆਪਣਾ ਪ੍ਰਬੰਧ ਕਰਕੇ ਸਾਧਨਾਂ ਦਾ, ਮੋਟਰਸਾਈਕਲਾਂ ਦਾ ਆਪ ਹੀ ਆ ਜਾਂਦੇ ਆ। ਤੁਸੀਂ ਮੇਰਾ ਨੋਮੀਨੇਸ਼ਨ ਵਾਲੇ ਦਿਨ ਦੇਖੋ ਵੀ ਬਾਕੀ ਜਿਹੜੀਆਂ ਸਥਾਪਿਤ ਪਾਰਟੀਆਂ ਜਿਹਨਾਂ ਕੋਲ ਸਰਮਾਇਆ ਸੀ ਉਹਨਾਂ ਦੇ ਮੁਕਾਬਲੇ ਕਿਤੇ ਵੱਡੇ ਸਾਡੇ ਘੱਟ ਹੋਏ, ਪਰ ਉਹਨਾਂ ਨੇ ਸਿੰਗਰ ਕੀਤੇ ਸੀਗੇ, ਵਧੀਆ ਟੈਂਟ ਲਾਏ ਸੀ, ਵਧੀਆ ਖਾਣਿਆਂ ਦਾ ਪ੍ਰਬੰਧ ਕੀਤਾ ਸੀ, ਅਸੀਂ ਸਿਰਫ ਸੜਕ ਤੇ ਖੜੇ ਸੀ, ਕੋਈ ਟੈਂਟ ਨਹੀਂ ਲਾਇਆ, ਕੋਈ ਕੁਛ ਨਹੀਂ, ਕੋਈ ਪਾਣੀ ਦਾ ਪ੍ਰਬੰਧ ਨਹੀਂ, ਕੋਈ ਖਾਣ ਪੀਣ ਦਾ ਨਹੀਂ, ਕੋਈ ਸਿੰਗਰ ਨਹੀਂ, ਤੇ ਸੜਕ ਤੇ ਖੜੇ ਸੀ, ਤੇ ਹਜ਼ਾਰਾਂ ਦਾ ਇਕੱਠ ਹੋ ਗਿਆ, ਤੇ ਜਦ ਤੱਕ ਅਸੀਂ ਫਾਰਮ ਨਹੀਂ ਭਰਿਆ ਤੇ ਬੰਦਿਆਂ ਨੇ, ਬੰਦੇ ਸੈਲੀਬ੍ਰੇਸ਼ਨ 'ਚ ਹੀ ਰਹੇ ਵੀ ਜਸ਼ਨ ਮਨਾਉਂਦੇ ਰਹੇ, ਜਿੱਦਾਂ ਉਹਨੂੰ ਲੱਗਦਾ ਸੀ ਵੀ ਸਾਡਾ ਇਸ ਮਾੜੇ ਪ੍ਰਬੰਧ ਤੋਂ ਸਾਡੀ ਮੁਕਤੀ ਤੇ ਆਜ਼ਾਦੀ ਦਾ ਦਿਨ ਨੇੜੇ ਆ ਰਿਹਾ ਆ, ਤੇ ਇਸ ਕਰਕੇ ਇਹ ਸਾਰਾ ਟਰਸਟ ਕਰਕੇ ਆ, ਤੇ ਲੋਕਾਂ ਦੀ ਜਿਹੜੀ ਸੁਖਾਲੀ ਜ਼ਿੰਦਗੀ ਹੋ ਰਹੀ ਆ ਸਾਡੇ ਕੰਮ ਕਰਕੇ, ਉਹਦਾ ਸਿੱਟਾ ਹੈਗਾ ਜੀ। ਬਲਵਿੰਦਰ ਕੁਮਾਰ ਜੀ, ਸਾਡੇ ਚੈਨਲ ਦੇ ਮਾਧਿਅਮ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਤਾਂ ਤੁਹਾਡੇ ਮੁਗ ਨਾਇਕ ਚੈਨਲ ਦੇ ਰਾਹੀਂ ਇਹੀ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ, ਪੂਰੇ ਜਲੰਧਰ ਦਿਆਂ ਨੂੰ ਵੀ, ਇਕੱਲੇ ਖਾਸ ਵਰਗ ਨੂੰ ਨਹੀਂ, ਚਲੋ ਉਹਨਾਂ ਨੂੰ ਤਾਂ ਵੀ ਹੈਗੀ ਆ, ਬਈ
ਜਲੰਧਰ ਦੇ ਲੋਕਾਂ ਨੇ ਜਾਂ ਖਾਸ ਕਰ SCBC ਲੋਕਾਂ ਨੇ ਵੀ ਉਹਨਾਂ ਨੇ ਹਰ ਪਾਰਟੀ ਨੂੰ ਮੌਕਾ ਦਿੱਤਾ। ਕਾਂਗਰਸ ਨੂੰ ਲਗਾਤਾਰ ਮੌਕੇ ਦਿੱਤੇ, ਬਿਲਕੁਲ, ਫਿਰ ਅਕਾਲੀ BJP ਨੂੰ ਦਿੱਤੇ, ਫਿਰ ਆਪ ਨੂੰ ਵੀ ਮੌਕਾ ਦਿੱਤਾ। ਪਰ ਜਦੋਂ ਮੌਕੇ ਮਿਲਣ ਦੇ ਬਾਵਜੂਦ ਉਹ ਲੋਕਾਂ ਲਈ ਕੁਛ ਕਰ ਨਹੀਂ ਸਕੇ, ਉਲਟਾ ਲੋਕਾਂ ਦੇ ਖਿਲਾਫ ਸਿਸਟਮ ਬਣਾ ਗਏ, ਜਿਹਦੇ ਵਿੱਚ ਨਾ ਤਾਂ ਅੱਜ ਉਹਨਾਂ ਨੂੰ ਇਲਾਜ ਮਿਲ ਰਿਹਾ, ਇੰਨਾ ਮਹਿੰਗਾ ਇਲਾਜ ਕਰ ਦਿੱਤਾ, ਉਹਨਾਂ ਦੀ ਪਹੁੰਚ ਤੋਂ ਦੂਰ ਹੋ ਗਿਆ, ਬਿਲਕੁਲ, ਨਾ ਚੰਗੀ ਸਿੱਖਿਆ ਮਿਲ ਰਹੀ, ਸਿੱਖਿਆ ਵੀ ਸਾਰੀ ਮਹਿੰਗੀ ਕਰ ਦਿੱਤੀ, ਨਾ ਹੀ ਕੋਈ ਰੁਜ਼ਗਾਰ ਪੈਦਾ ਕੀਤਾ, ਫਿਰ ਘਰ ਘਰ ਨਸ਼ਾ ਪਹੁੰਚਾਤਾ, ਉਹਨਾਂ ਲੋਕਾਂ ਦੀ ਬਰਬਾਦੀ ਹੋ ਰਹੀ, ਫਿਰ ਪ੍ਰਸ਼ਾਸਨਿਕ ਵਿਵਸਥਾ ਇੰਨੀ ਜਟਿਲ ਕਰ ਦਿੱਤੀ ਕਿ ਲੋਕ ਕੋਈ ਆਪਣਾ ਨਿੱਕਾ ਜਿਹਾ ਕੰਮ ਵੀ ਨਹੀਂ ਕਰਾ ਸਕਦੇ, ਉਹਦੇ ਲਈ ਵੀ ਉਹਨਾਂ ਨੂੰ ਬੜੀ ਜਦੋਜਹਿਦ ਕਰਨੀ ਪੈ ਰਹੀ, ਤੇ ਉਹਦੇ ਕਰਕੇ ਉਹਨਾਂ ਦੇ ਵਿੱਚ ਇਹਨਾਂ ਜਦੋਂ ਲੋਕੀ ਲੱਗਦੇ ਵੀ ਦਿਲੋਂ ਮਹਿਸੂਸ ਕਰਦੇ ਵੀ ਸਾਡਾ ਕਿਤੇ ਸੁਣਵਾਈ ਨਹੀਂ ਹੋਣੀ, ਤਾਂ ਉਹਨਾਂ ਦੇ ਮਨ ਵਿੱਚ ਬੇਚੈਨੀ ਹੈ, ਬੇਚੈਨੀ ਕਰਕੇ ਉਹ ਦੇਸ਼ ਛੱਡਣਾ ਚਾਹੁੰਦੇ। ਤਦ ਹੀ ਬਾਹਰ ਜਾ ਰਹੇ ਵੀ ਅਸੀਂ ਚਲੇ ਜਾਈਏ ਇੱਥੋਂ, ਸ਼ਾਇਦ ਉਹਨਾਂ ਲੱਗਦਾ ਵੀ ਬਾਹਰ ਜਾ ਕੇ ਅਸੀਂ ਸਕੂਨ ਦੀ ਜ਼ਿੰਦਗੀ ਬਤੀਤ ਕਰਾਂਗੇ। ਇਹਦਾ ਮਤਲਬ ਇਹਨਾਂ ਪਾਰਟੀਆਂ ਨੇ ਲੋਕਾਂ ਤੋਂ ਮੌਕੇ ਲਏ ਤੇ ਲੋਕਾਂ ਦੀ ਸਕੂਨ ਦੀ ਜ਼ਿੰਦਗੀ ਖੋ ਲਈ ਤੇ ਲੋਕੀ ਬੇਚੈਨ ਆ। ਤੇ ਅਸੀਂ ਸਾਰੇ ਜਲੰਧਰ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ, ਸਾਰੇ ਵਰਗਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਦੋਂ ਤੁਸੀਂ ਉਹਨਾਂ ਨੂੰ ਇੰਨੇ ਮੌਕੇ ਦੇ ਦਿੱਤੇ ਔਰ ਖਾਸ ਕਰ SC ਕਮਿਊਨਿਟੀ ਨੇ ਸਾਰਿਆਂ ਨੂੰ ਮੌਕੇ ਦਿੱਤੇ, ਤਾਂ ਫਿਰ ਸਾਰੇ ਲੋਕ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਕਿਉਂ ਨਹੀਂ ਮੌਕਾ ਦੇ ਸਕਦੇ? ਅਮਰੀਕਾ ਵਾਲਿਆਂ ਨੇ ਓਬਾਮਾ ਨੂੰ ਮੌਕਾ ਦਿੱਤਾ ਵੀ ਇੱਕ ਵਾਰ ਇਹਨਾਂ ਵਰਗਾਂ ਨੂੰ ਜਿਹਨਾਂ ਨੂੰ ਕਦੀ ਨੁਮਾਇੰਦਗੀ ਨਹੀਂ ਮਿਲੀ, ਚਲੋ ਇਹਨਾਂ ਨੂੰ ਵੀ ਆਪਾਂ ਰਾਸ਼ਟਰਪਤੀ ਬਣਾ ਕੇ ਦੇਖ ਲਈਏ, ਤਾਂ ਕੀ ਜਲੰਧਰ ਦੇ ਲੋਕ ਨਹੀਂ ਇਹ ਕਰ ਸਕਦੇ? ਇਸ ਕਰਕੇ ਮੇਰੀ ਸਾਰਾ ਆਪਣਾ ਭਾਈਚਾਰਾ ਆ, ਆਪਣਾ ਹੀ ਪਰਿਵਾਰ ਆ, ਪੂਰਾ ਜਲੰਧਰ ਹੀ ਸਾਡਾ ਪਰਿਵਾਰ ਆ, ਤੇ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਇੱਕ ਵਾਰ ਸਾਨੂੰ ਤੁਸੀਂ ਮੌਕਾ ਦੇ ਕੇ ਦੇਖੋ, ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇ ਕੇ ਦੇਖੋ, ਤੁਹਾਨੂੰ ਕੋਈ ਸ਼ਿਕਾਇਤ ਦੀ ਅਸੀਂ ਗੁੰਜਾਇਸ਼ ਨਹੀਂ ਛੱਡਾਂਗੇ। ਜੇ ਅਸੀਂ ਬਿਨਾਂ ਸੱਤਾ ਤੋਂ ਬਿਨਾਂ ਲੋਕਾਂ ਦੀ ਕੋਈ ਮਦਦ ਲਏ ਬਗੈਰ ਲੋਕਾਂ ਲਈ ਵਧੀਆ ਕੰਮ ਕਰ ਸਕਦੇ ਹਾਂ, ਤੇ ਜੇਕਰ ਸਾਨੂੰ ਸੱਤਾ ਮਿਲੇ ਤਾਂ ਅਸੀਂ ਹੋਰ ਉਹਨਾਂ ਲਈ ਵਧੀਆ ਕੰਮ ਕਰ ਸਕਦੇ ਹਾਂ, ਉਹਨਾਂ ਦੀ ਬੇਚੈਨੀ ਦਾ ਵੀ ਹੱਲ ਅਸੀਂ ਕੱਢ ਸਕਦੇ ਹਾਂ। ਧੰਨਵਾਦ ਜੀ। ਠੀਕ ਹੈ ਜੀ।